ਲੋ ਇੱਕ ਵੱਡੀ ਚੇਤਾਵਨੀ ਜਾਰੀ ਕੀਤੀ ਗਈ ਹੈ ਜਿਸ ਦੇ ਮੁਤਾਬਿਕ ਹੁਣ ਬਾਜ਼ਾਰ ਦੇ ਵਿੱਚ 500 ਦੇ ਸਭ ਤੋਂ ਜ਼ਿਆਦਾ ਨਕਲੀ ਨੋਟ ਜਿਹੜੇ ਨੇ ਉਹ ਵਿਕ ਰਹੇ ਨੇ ਤਾਂ ਇਸ ਦੇ ਚਲਦੇ ਹੁਣ ਆਰਬੀਆਈ ਦੀ ਅਫੀਸ਼ੀਅਲ ਵੈਬਸਾਈਟ ਦੇ ਉੱਤੇ ਇਹ ਚੇਤਾਵਨੀ ਜਾਰੀ ਕੀਤੀ ਗਈ ਹੈ ਤੇ ਨਾਲ-ਨਾਲ ਲੋਕਾਂ ਨੂੰ ਸੁਝਾਅ ਵੀ ਜਾਰੀ ਕੀਤਾ ਗਿਆ ਕਿ ਕਿਸ ਤਰੀਕੇ ਦੇ ਨਾਲ 500 ਦੇ ਨਕਲੀ ਨੋਟ ਤੁਸੀਂ ਪਛਾਣ ਸਕਦੇ ਹੋ ਤਾਂ ਪੁਆਇੰਟਸ ਦੇ ਰਾਹੀਂ ਜਿਹੜਾ RBI ਦੇ ਵੱਲੋਂ ਸਮਝਾਇਆ ਗਿਆ ਹੈ ਕਿ ਕਿਸ ਤਰੀਕੇ ਦੇ ਨਾਲ ਤੁਸੀਂ ਨਕਲੀ ਨੋਟਾਂ ਦੀ ਪਛਾਣ ਕਰ ਸਕਦੇ ਹੋ ਤੇ ਜਾਣ ਸਕਦੇ ਹੋ ਤੇ ਇਹਨਾਂ ਨਕਲੀ ਨੋਟਾਂ ਤੋਂ ਤੁਸੀਂ ਬਚ ਸਕਦੇ ਹੋ ਤਾਂ RBI ਦੀ ਅਫੀਸ਼ੀਅਲ ਵੈੱਬਸਾਈਟ ਦੇ ਮੁਤਾਬਿਕ ਤੁਹਾਨੂੰ ਦੱਸ ਰਿਹਾ ਕਿ ਕਿਸ ਤਰੀਕੇ ਦੇ ਨਾਲ 500 ਦੇ ਨਕਲੀ ਨੋਟ ਤੁਸੀਂ ਫੜ ਸਕਦੇ ਹੋ ਤਾਂ ਬਾਜ਼ਾਰ ਦੇ ਵਿੱਚ ਸਭ ਤੋਂ ਜ਼ਿਆਦਾ ਜਿਹੜੇ ਨੇ 500 ਦੇ ਨਕਲੀ ਨੋਟ ਘੁੰਮ ਰਹੇ ਨੇ ਤੇ ਇਹ ਚੇਤਾਵਨੀ ਜਿਹੜੀ ਹੈ ਜਾਰੀ ਕੀਤੀ ਗਈ ਹੈ ਤਾਂ ਦੱਸ ਦਈਏ ਕਿ ਨਕਲੀ ਨੋਟਾਂ ਦੇ ਡੀਲਰ ਜਿਹੜੇ ਨੇ ਬਾਜ਼ਾਰ ਦੇ ਵਿੱਚ ਘੱਟ ਕੀਮਤ ਦੇ ਵਿੱਚ ਇਹਨਾਂ ਕਰੰਸੀਆਂ ਨੂੰ ਚਲਾ ਰਹੇ ਨੇ ਤੇ ਮਾਸਟਰਮਾਈਂਡ ਜਿਹੜਾ ਦੱਸਿਆ ਜਾ ਰਿਹਾ ਜੋ ਨਕਲੀ ਨੋਟ ਛਾਪਣ ਵਾਲਾ ਹੈ ਉਹ ਪਟਨਾ ਦਾ ਦੱਸਿਆ ਜਾ ਰਿਹਾ ਤਾਂ ਜਿਸ ਦੇ ਵੱਲੋਂ ਸਭ ਤੋਂ ਜ਼ਿਆਦਾ 500 ਦੇ ਨੋਟ ਜਿਹੜੇ ਨੇ ਉਹ ਬਾਜ਼ਾਰ ਦੇ ਵਿੱਚ ਫੈਲਾਏ ਜਾ ਰਹੇ ਨੇ ਤਾਂ 17 ਬਿੰਦੂਆਂ ਜਿਹੜੀਆਂ ਨੇ RBI ਦੇ ਵੱਲੋਂ 500 ਦੇ ਨੋਟ ਦੇ ਵਿੱਚ ਸਮਝਾਈਆਂ ਗਈਆਂ ਨੇ ਤੇ ਉਹਨਾਂ ਦੀ ਅਫੀਸ਼ੀਅਲ ਵੈੱਬਸਾਈਟ ਦੇ ਉੱਤੇ ਵੀ ਇਹ 17 ਪੁਆਇੰਟਸ ਵਾਲੀ ਇੱਕ ਪੇਜ ਜਿਹੜਾ ਉਹ ਅਪਲੋਡ ਕੀਤਾ ਗਿਆ ਜਿਸ ਦੇ ਮੁਤਾਬਿਕ ਤੁਸੀਂ ਪਛਾਣ ਕਰ ਸਕਦੇ ਹੋ ਅਸਲੀ ਜਾਂ ਨਕਲੀ ਨੋਟ ਦੀ ਤਾਂ 17 ਪੁਆਇੰਟਸ ਤੁਹਾਨੂੰ ਸਮਝਾ ਦਿੰਦੇ ਆ ਕਿ ਕਿਸ ਤਰੀਕੇ ਦੇ ਨਾਲ ਤੁਸੀਂ ਅਸਲੀ ਤੇ ਨਕਲੀ ਨੋਟ ਦੀ ਪਛਾਣ ਕਰ ਸਕਦੇ ਹੋ ਬਿਜਲੀ ਦੇ ਸਾਹਮਣੇ ਜੇਕਰ ਤੁਸੀਂ ਨੋਟ ਰੱਖਦੇ ਹੋ ਤਾਂ ਇੱਕ ਜਗ੍ਹਾ ਤੋਂ 500 ਲਿਖਿਆ ਹੋਇਆ ਨਜ਼ਰ ਆਣਾ ਚਾਹੀਦਾ ਇਹ ਪਹਿਲਾ ਪੁਆਇੰਟ ਹੈ ਜੇਕਰ ਦੂਜੇ ਪੁਆਇੰਟ ਦੀ ਗੱਲ ਕੀਤੀ ਜਾਵੇ ਤਾਂ 500 ਦੇ ਨੋਟ ਦੇ ਹੇਠਾਂ ਲੁਕੀ ਇਮੇਜ ਨੂੰ ਜਿਹੜਾ ਸਾਹਮਣੇ ਆਣਾ ਚਾਹੀਦਾ ਇਹ ਬੇਹੱਦ ਜ਼ਰੂਰੀ ਹੈ ਤੀਜੇ ਪੁਆਇੰਟ ਦੀ ਗੱਲ ਕਰੀਏ ਤਾਂ ਦੇਖਣ ਤੇ 500 ਲਿਖਿਆ ਹੋਇਆ ਨਜ਼ਰ ਆਣਾ ਚਾਹੀਦਾ ਤੇ ਇੱਕ ਜਗ੍ਹਾ ਦੇਵਨਾਗਰੀ ਚ 500 ਲਿਖਿਆ ਹੋਇਆ ਨਜ਼ਰ ਆਣਾ ਉਹ ਵੀ ਜ਼ਰੂਰੀ ਹੈ ਤੇ ਇਹ ਵੀ ਪਛਾਣ ਹੋ ਜਾਂਦੀ ਹੈ ਅਸਲੀ ਨੋਟ ਦੀ ਤਾਂ ਨੋਟ ਦੇ ਵਿੱਚਕਾਰ ਜਿਹੜਾ ਮਹਾਤਮਾ ਗਾਂਧੀ ਦੀ ਤਸਵੀਰ ਹੋਵੇਗੀ ਉਹ ਸਭ ਨੂੰ ਆਮ ਜਿਹੜਾ ਇਸ ਤੋਂ ਪਛਾਣ ਕੀਤੀ ਜਾਂਦੀ ਹੈ ਨੋਟ ਦੀ ਤੇ ਛੋਟੇ-ਛੋਟੇ ਅੱਖਰਾਂ ਦੇ ਵਿੱਚ ਭਾਰਤ ਤੇ ਇੰਡੀਆ ਲਿਖਿਆ ਆਉਣਾ ਵੀ ਬੇਹੱਦ ਜ਼ਰੂਰੀ ਹੈ ਜੇਕਰ ਇਹ ਨਹੀਂ ਲਿਖਿਆ ਹੁੰਦਾ ਤਾਂ ਸਮਝ ਜਾਵੋ ਕਿ ਨੋਟ ਜਿਹੜਾ ਨਕਲੀ ਹੈ ਤਾਂ ਜਦੋਂ ਤੁਸੀਂ ਨੋਟ ਨੂੰ ਟਿੱਡਾ ਕਰੋਗੇ ਤਾਂ ਹਰੇ ਰੰਗ ਦਾ ਨੋਟ ਜਿਹੜਾ ਹਲਕਾ ਨੀਲਾ ਨਜ਼ਰ ਆਵੇਗਾ ਇਹ ਵੀ ਇੱਕ ਵੱਡੀ ਪਹਿਚਾਨ ਹੈ ਤੇ ਦੂਜੇ ਪਾਸੇ ਰਾਜਪਾਲ ਦੇ ਸਾਈਨ ਤੇ ਆਰਬੀਆਈ ਤੇ ਲੋਗੋ ਜਿਹੜੇ ਨੇ ਸੱਜੇ ਪਾਸੇ ਸ਼ਿਫਟ ਹੋ ਜਾਣਗੇ ਤਾਂ ਮਹਾਤਮਾ ਗਾਂਧੀ ਦੀ ਫੋਟੋ ਦੇ ਵਿੱਚ ਵਾਟਰਮਾਰਕ ਵੀ ਜਿਹੜਾ ਨਜ਼ਰ ਆਣਾ ਜ਼ਰੂਰੀ ਆ ਤਾਂ ਇਹ ਵੀ ਪਹਿਚਾਨ ਪਹਿਚਾਨ ਹੈ 500 ਦੇ ਅਸਲੀ ਨੋਟ ਦੀ ਤੇ ਨੋਟ ਦੇ ਵਿੱਚ ਉੱਪਰ ਖੱਬੇ ਪਾਸੇ ਤੇ ਹੇਠਾਂ ਸੱਜੇ ਪਾਸੇ ਨੰਬਰ ਜਿਹੜਾ ਉਹ ਦਿਖਣਾ ਜ਼ਰੂਰੀ ਹੈ ਜੋ ਕਿ ਜ਼ਿਆਦਾਤਰ ਵੱਡੇ ਹੁੰਦੇ ਨੇ ਤਾਂ ਇਹ RBI ਦੀ ਅਫੀਸ਼ੀਅਲ ਵੈਬਸਾਈਟ ਪੈਸਾ ਬੋਲਦਾ ਹੈ ਤੇ ਉੱਤੇ ਇਹ 17 ਬਿੰਦੂਆਂ ਦੀ ਪਛਾਣ ਕਰਨ ਦੇ ਲਈ ਇਹ ਨੋਟ ਜਿਹੜਾ ਜਾਰੀ ਕੀਤਾ ਗਿਆ ਜਿਸ ਦੇ ਵਿੱਚ 17 ਬਿੰਦੂਆਂ ਨੂੰ ਸਮਝਾ ਕੇ ਦੱਸਿਆ ਗਿਆ ਕਿ ਕਿਸ ਤਰੀਕੇ ਦੇ ਨਾਲ ਨਕਲੀ ਨੋਟ ਦੀ ਪਛਾਣ ਕਰ ਸਕਦੇ ਹੋ ਕਿਉਂਕਿ ਬਾਜ਼ਾਰ ਦੇ ਵਿੱਚ ਸਭ ਤੋਂ ਜ਼ਿਆਦਾ 500 ਦੇ ਨਕਲੀ ਨੋਟ ਜਿਹੜੇ ਨੇ ਉਹ ਵਿਕਰੇ ਨੇ ਤੇ RBI ਦੇ ਵੱਲੋਂ ਖਾਸ ਕਰਕੇ ਚੇਤਾਵਨੀ ਜਾਰੀ ਕੀਤੀ ਗਈ ਹੈ ਤਾਂ ਮਾਸਟਰਮਾਈਂਡ ਹਾਲਾਂਕਿ ਪਟਨਾ ਤੋਂ ਦੱਸਿਆ ਜਾ ਰਿਹਾ ਜਿਹੜਾ ਸਭ ਤੋਂ ਜ਼ਿਆਦਾ 500 ਦੇ ਨਕਲੀ ਨੋਟ ਜਿਹੜਾ ਸਪਰੈਡ ਕਰ ਰਿਹਾ ਪਰ ਤੁਸੀਂ ਇਹਨਾਂ 17 ਪੁਆਇੰਟਾਂ ਤੋਂ ਪਛਾਣ ਸਕਦੇ ਹੋ ਕਿ ਨੋਟ ਜਿਹੜਾ ਅਸਲੀ ਹੈ ਜਾਂ ਫਿਰ ਨਕਲੀ ਹੈ ਤਾਂ ਰਾਜਪਾਲ ਦੇ ਸਾਈਨ ਤੇ RBI ਦੇ ਲੋਗੋ ਸੱਜੇ ਪਾਸੇ ਸ਼ਿਫਟ ਹੋ ਗਿਆ ਤਾਂ ਉਹ ਜ਼ਰੂਰੀ ਹੈ ਮਹਾਤਮਾ ਗਾਂਧੀ ਦੀ ਫੋਟੋ ਜਿਹੜੀ ਇਹ ਵਾਟਰਮਾਰਕ ਲੱਗਿਆ ਹੋਣਾ ਜ਼ਰੂਰੀ ਹੈ ਦੂਜੇ ਪਾਸੇ ਨੋਟ ਦੇ ਸੱਜੇ ਪਾਸੇ ਅਸ਼ੋਕ ਥੰਮ ਬਣਿਆ ਹੁੰਦਾ ਤਾਂ ਨੋਟ ਦੇ ਸੱਜੇ ਤੇ ਖੱਬੇ ਪਾਸੇ ਵਾਲੇ ਧਿਆਨ ਜ਼ਰੂਰ ਦੇਣਾ ਤੇ ਦੇਖਣ ਤੇ 500 ਰੁਪਏ ਜਿਹੜਾ ਲਿਖਿਆ ਹੋਇਆ ਨਜ਼ਰ ਆਵੇਗਾ ਤਾਂ ਮਹਾਤਮਾ ਗਾਂਧੀ ਦੀ ਤਸਵੀਰ ਜਿਹੜੀ ਉਹ ਨਜ਼ਰ ਆਣੀ ਜ਼ਰੂਰੀ ਹੈ ਨੋਟ ਦੇ ਖੱਬੇ ਪਾਸੇ ਛਪਾਈ ਦੇ ਸਾਲ ਜਿਹੜਾ ਉਹ ਲਿਖਿਆ ਹੁੰਦਾ ਨਾਲ ਨਾਲ ਤਾਂ ਨੋਟ ਦੇ ਨੋਟ ਦੇ ਵਿਚਕਾਰ ਜਿਹੜਾ ਲੈਗਵਿਸ ਪੈਨਲ ਜਿਹੜਾ ਉਹ ਬੜਿਆ ਹੁੰਦਾ ਤੇ ਨੋਟ ਦੇ ਵਿਚਕਾਰ ਭਾਰਤੀ ਝੰਡੇ ਦੇ ਨਾਲ-ਨਾਲ ਕਿਲੇ ਦੀ ਤਸਵੀਰ ਦਿਸੇਗੀ ਤੇ ਨੋਟ 'ਚ 500 ਰੁਪਏ ਤੁਹਾਨੂੰ ਦੇਵਨਾਗਰੀ 'ਚ ਲਿਖਿਆ ਹੋਇਆ ਆਣਾ ਨਜ਼ਰ ਆ ਤੇ ਇਹ ਉਹ 17 ਪੁਆਇੰਟ ਜਿਹੜੇ ਨੇ ਉਹ ਸਮਝਾਏ ਗਏ ਨੇ ਜਿਸ ਦੇ ਚੱਲਦੇ ਆ ਤੁਸੀਂ ਪਛਾਣ ਸਕਦੇ ਹੋ ਕੋਈ ਵੀ 500 ਦਾ ਨੋਟ ਕਿਉਂਕਿ ਸਭ ਤੋਂ ਜ਼ਿਆਦਾ ਬਾਜ਼ਾਰ ਦੇ ਵਿੱਚ ਜੋ ਸਰਕੂਲੇਟ ਹੋਣ ਵਾਲਾ ਨੋਟ ਹੈ ਉਹ 500 ਦਾ ਤੇ ਇਹੀ ਸਭ ਤੋਂ ਜ਼ਿਆਦਾ ਨਕਲੀ ਨੋਟਾਂ ਦੇ ਰੂਪ ਦੇ ਵਿੱਚ ਤੁਹਾਡੇ ਘਰ ਦੇ ਵਿੱਚ ਜਾਂ ਫਿਰ ਤੁਹਾਡੀ ਜੇਬਾਂ ਦੇ ਵਿੱਚ ਹੋ ਸਕਦਾ ਹੈ ਤਾਂ ਉਸ ਨੂੰ ਪਛਾਣਨ ਦੇ ਇਹ ਆਸਾਨ ਤਰੀਕੇ ਨੇ ਜੋ ਆਰਬੀਆਈ ਦੇ ਵੱਲੋਂ ਜਾਰੀ ਕੀਤੇ ਗਏ ਨੇ ਤਾਂ ਇਹ 17 ਬਿੰਦੂਆਂ ਤੋਂ ਤੁਸੀਂ ਪਛਾਣ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਤੁਸੀਂ ਨਕਲੀ ਤੇ ਅਸਲੀ ਨੋਟ ਦੀ ਪਹਿਚਾਨ ਕਰਨੀ ਹੈ